ਸਤਿ ਸ਼੍ਰੀ ਅਕਾਲ ਜੀ ਖਬਰਾਂ ਜਬੀ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਕੈਨੇਡਾ ਤੋਂ ਇੱਕ ਹੋਰ ਵੱਡੀ ਇਮੀਗ੍ਰੇਸ਼ਨ ਅਪਡੇਟ ਸਾਹਮਣੇ ਆਈ ਹੈ ਕੀ ਹੈ ਉਹ ਨਵੀਂ ਇਮੀਗ੍ਰੇਸ਼ਨ ਅਪਡੇਟ ਉਸ ਦੇ ਬਾਰੇ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਪਰ ਉਸ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਨਵੇਂ ਸਾਲ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਕੈਨੇਡਾ ਦੇ ਵੱਲੋਂ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਕੈਨੇਡਾ ਦੇ ਵਿੱਚ ਸੱਦੇ ਦਿੱਤੇ ਜਾ ਰਹੇ ਨੇ ਅਤੇ ਕੈਨੇਡਾ ਦੇ ਤਕਰੀਬਨ ਹਰ ਇੱਕ ਸੂਬੇ ਦੇ ਵੱਲੋਂ ਇਸ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਹੁਣ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀ 9ਵੇਂ ਸਾਲ ਦੇ ਵਿੱਚ ਹੁਣ ਤੱਕ 3 ਡਰਾਅ ਕੱਢੇ ਜਾ ਚੁੱਕੇ ਹਨ ਅਤੇ ਹੁਣ ਫਿਰ 26 ਜਨਵਰੀ 2021 ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਇਸ ਮਹੀਨੇ ਦਾ ਚੌਥਾ ਡਰਾਅ ਕੱਢਿਆ ਗਿਆ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੇ 26 ਜਨਵਰੀ 2021 ਨੂੰ ਟੈਕ ਪਾਇਲਟ ਡਰਾ ਕੱਢਿਆ ਹੈ ਅਤੇ ਕੱਢੇ ਗਏ ਇਸ ਲੇਟੈਸਟ ਡਰਾ ਦੇ ਵਿੱਚ ਐਕਸਪ੍ਰੈਸ ਐਂਟਰੀ BC ਅਤੇ ਸਕਿਲਸ ਇਮੀਗ੍ਰੇਸ਼ਨ ਨਾ ਸਟ੍ਰੀਮ ਦੇ ਜ਼ਰੀਏ ਟੋਟਲ 81 ਇਨਵੀਟੇਸ਼ਨ ਜਾਰੀ ਕੀਤੇ ਗਏ ਨੇ ਇੱਥੇ ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਕੱਢੇ ਗਏ ਇਸ ਡਰਾ ਨੂੰ ਮਿਲਾ ਕੇ ਇਹ ਇਸ ਮਹੀਨੇ ਦਾ ਚੌਥਾ ਡਰਾ ਹੈ ਅਤੇ ਕੱਢੇ ਗਏ ਇਹ ਡਰਾ ਦੇ ਵਿੱਚ ਦੋ ਟੈਕ ਪਾਇਲਟ ਡਰਾ ਅਤੇ ਦੋ ਦੂਸਰੇ ਡਰਾ ਸ਼ਾਮਿਲ ਨੇ ਅਤੇ ਕੱਢੇ ਗਏ ਇਹਨਾਂ ਸਾਰੇ ਡਰਾ ਦਾ ਅਗਰ ਟੋਟਲ ਕੀਤਾ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਨੇ ਜਨਵਰੀ 2021 ਵਿੱਚ કુલ 522 ਇਨਵੀਟੇਸ਼ਨ ਜਾਰੀ ਕੀਤੇ ਗਏ ਨੇ ਬਿਊਰੋ ਰਿਪੋਰਟ ਖਬਰ ਪੰਜਾਬੀ